ਕੱਢਣ ਨੂੰ ਮੂੰਹ ਕਰ, ਕੱਢਣ ਨੂੰ ਮੂੰਹ ਕਰ, ਇੱਧਰ ਬਾਬਾ ਦਾ ਮੂੰਹ ਕਰਾ ਬਾਬਾ ਦਾ ਚਿਹਰਾ ਆਇਆ ਨੂੰ ਕਰਿਓ ਹੁਣ ਦਰਖਤ ਦੇ ਨਾਲ ਬੰਨਿਆ ਹੋਇਆ ਇਹ ਸ਼ਖਸ ਤੇ ਆਲੇ ਦੁਆਲੇ ਲੋਕਾਂ ਦਾ ਇਕੱਠ। ਦਰਅਸਲ ਇੱਥੇ ਪਿੰਡ ਵਾਸੀਆਂ ਦੇ ਵੱਲੋਂ ਇੱਕ ਅਜਿਹੇ ਸ਼ਾਤਰ ਠੱਗ ਨੂੰ ਕਾਬੂ ਕੀਤਾ ਗਿਆ ਹੈ ਜੋ ਸਾਧ ਦੇ ਭੇਸ ਚਾਉਂਦਾ ਸੀ ਤੇ ਲੋਕਾਂ ਤੋਂ ਪੈਸੇ ਠੱਗ ਕੇ ਫਰਾਰ ਹੋ ਜਾਂਦਾ ਸੀ। ਕਰੀਬ 6 ਮਹੀਨੇ ਬਾਅਦ ਜਦੋਂ ਇਹ ਮੁੜ ਪਿੰਡ ਚ ਆਇਆ ਹੈ ਤਾਂ ਲੋਕਾਂ ਨੇ ਇਸ ਨੂੰ ਪਛਾਣ ਲਿਆ ਅਤੇ ਫਿਰ ਇਸ ਨੂੰ ਕਾਬੂ ਕਰ ਲਿਆ। ਲੋਕਾਂ ਨੇ ਦੱਸਿਆ ਹੈ ਕਿ 6 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਪਿੰਡ ਦੇ ਵਿੱਚ ਵੜਿਆ ਸੀ ਆਪਣੇ ਸਾਥੀਆਂ ਦੇ ਨਾਲ ਤੇ ਸੰਸਥਾ ਦੇ ਨਾਮ ਤੇ ਪੈਸੇ ਮੰਗਦਾ ਸੀ, ਜਿਸ ਨੂੰ ਲੈ ਕੇ ਲੋਕਾਂ ਨੇ ਵੀ ਪੈਸੇ ਦਿੱਤੇ ਅਤੇ ਉਸ ਤੋਂ ਬਾਅਦ ਇਹ ਦੁਬਾਰਾ ਪਿੰਡ ਚ ਨਜ਼ਰ ਨਹੀਂ ਆਇਆ। ਹੁਣ ਵੀ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਕੁਝ ਲੋਕ ਇੱਥੇ ਪਿੰਡ ਵਿੱਚ ਆਏ ਸਨ ਤੇ ਜਦੋਂ ਇਸ ਸਾਧ ਨੇ ਪਿੰਡ ਚ ਪੈਰ ਧਰਿਆ ਤਾਂ ਕਈ ਲੋਕਾਂ ਨੇ ਇਸ ਨੂੰ ਪਛਾਣ ਲਿਆ। ਦੁਕਾਨਦਾਰਾਂ ਦੇ ਨਾਲ ਇਹ ਧੱਕੇ ਦੇ ਨਾਲ ਚੰਦਾ ਇਕੱਠਾ ਕਰ ਰਹੇ ਸਨ, ਸੰਸਥਾ ਦਾ ਨਾਮ ਲੈ ਕੇ ਪੈਸੇ ਮੰਗ ਰਹੇ ਸਨ, ਪਰ ਜਦੋਂ ਲੋਕਾਂ ਨੇ ਪੁੱਛਿਆ ਕਿ ਸੰਸਥਾ ਦਾ ਨਾਮ ਕੀ ਹੈ ਤਾਂ ਫਿਰ ਇਹ ਗਾਲੀ ਗਲੋਚ ਕਰਨ ਲੱਗੇ, ਜਿਸ ਤੋਂ ਬਾਅਦ ਕੁਝ ਹੋਰ ਲੋਕਾਂ ਨੇ ਵੀ ਇਸ ਨੂੰ ਪਹਿਚਾਣ ਲਿਆ ਤੇ ਫਿਰ ਇਸ ਨੂੰ ਦਰਖਤ ਦੇ ਨਾਲ ਬੰਨ ਕੇ ਇਸ ਤੋਂ ਸਵਾਲ ਜਵਾਬ ਕੀਤੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੁੱਟਮਾਰ ਨਹੀਂ ਕੀਤੀ ਗਈ ਹੈ ਬਲਕਿ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਏਗਾ ਤੇ ਇਸ ਦੇ ਬਾਕੀ ਸਾਥੀਆਂ ਨੂੰ ਵੀ ਫੋਨ ਕਰਕੇ ਬੁਲਾਇਆ ਗਿਆ ਹੈ ਜਿਨ੍ਹਾਂ ਨੇ ਪਹਿਲਾਂ ਤਾਂ ਗੱਲ ਕੀਤੀ ਪਰ ਬਾਅਦ ਦੇ ਵਿੱਚ ਫੋਨ ਸਵਿਚ ਆਫ ਕਰ ਦਿੱਤਾ। ਮਾਮਲਾ ਦੀਨਾ ਨਗਰ ਤੋਂ ਸਾਹਮਣੇ ਆਇਆ ਜਿੱਥੇ ਸਾਧੂਆਂ ਦੇ ਭੇਸ ਦੇ ਵਿੱਚ ਲੋਕ ਪਿੰਡ 'ਚ ਘੁੰਮਦੇ ਸਨ ਤੇ ਲੋਕਾਂ ਤੋਂ ਕਿਸੇ ਸੰਸਥਾ ਦੇ ਨਾਮ ਤੇ ਪੈਸੇ ਠੱਗਦੇ ਸਨ। ਹੁਣ ਤੱਕ ਕਈ ਲੋਕਾਂ ਤੋਂ ਹਜ਼ਾਰਾਂ ਲੱਖਾਂ ਰੁਪਏ ਠੱਗ ਚੁੱਕੇ ਸਨ, ਜਿਸ ਕਰਕੇ 6 ਮਹੀਨੇ ਬਾਅਦ ਜਦੋਂ ਇਸੇ ਪਿੰਡ 'ਚ ਦੁਬਾਰਾ ਆਏ ਤਾਂ ਲੋਕਾਂ ਨੇ ਇਹਨਾਂ ਨੂੰ ਪਛਾਣ ਲਿਆ ਤੇ ਜਦੋਂ ਸੰਸਥਾ ਦਾ ਨਾਮ ਪੁੱਛਿਆ ਗਿਆ ਤਾਂ ਫਿਰ ਇਹ ਗਾਲੀ ਗਲੋਚ ਕਰਨ ਲੱਗੇ, ਜਿਸ ਤੋਂ ਬਾਅਦ ਲੋਕਾਂ ਨੇ ਵੀ ਇਸ ਨੂੰ ਦਰਖਤ ਦੇ ਨਾਲ ਬੰਨ ਕੇ ਫਿਰ ਪੁਲਿਸ ਨੂੰ ਫੋਨ ਲਾਇਆ। ਦੱਸਿਆ ਜਾ ਰਿਹਾ ਕਿ ਇਸ ਦੇ ਨਾਲ ਜਿਹੜੇ ਹੋਰ ਸਾਥੀ ਸੀ ਗੱਡੀ 'ਚ ਸਵਾਰ ਹੋ ਕੇ ਆਏ ਸੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇਸ ਨੂੰ ਪਿੰਡ ਵਾਲਿਆਂ ਨੇ ਦਰਖਤ ਨਾਲ ਬੰਨ ਕੇ ਸਵਾਲ ਜਵਾਬ ਕੀਤੇ, ਵੀਡੀਓ ਬਣਾਈ ਤੇ ਫਿਰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਆਖੀ ਹੈ। ਭਾਜੀ ਇਹ 4-5 ਬੰਦੇ ਸੀਗੇ, ਕੁਆਇਲਸ ਕਾਰ ਸੀਗੀ ਤੇ ਇਹ ਗੱਲ ਹੈਗੀ ਹੈ ਕੋਈ 8:30 ਵਜੇ ਦੀ। ਹਾਦਸਾ ਇਹ ਵਾਪਰਿਆ ਕਿ ਇਹ ਘਰ ਘਰ ਜਾ ਕੇ ਦੁਕਾਨਾਂ ਤੇ ਜਾ ਕੇ ਪੈਸੇ ਮੰਗਦੇ ਸੀਗੇ, ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਹਾਂ ਤੇ ਸਾਨੂੰ ਇੰਨੇ ਇੰਨੇ ਪੈਸੇ ਦਿਓ, ਹਨਾ, ਤੇ ਕਈਆਂ ਨੇ ਦਿੱਤੇ ਵੀ ਹੈਗੇ ਆ, ਕਈਆਂ ਨੇ 100 ਦਿੱਤਾ, ਕਈਆਂ ਨੂੰ ਇਹਨਾਂ ਨੇ 2500 ਮਨਾ ਲਿਆ, ਠੀਕ ਆ। ਇਹ ਵੱਖ ਵੱਖ ਬੰਦੇ ਵੱਖ ਵੱਖ ਘਰਾਂ 'ਚ ਵੜ ਗਏ ਤੇ ਇੱਥੇ ਹੁਣ ਕੋਲੂ ਆ, ਇੱਥੇ ਨਾਲੇ ਕਰਿਆਨਾ ਸਟੋਰ ਆ, ਇਹਨਾਂ ਕੋਲ ਗਏ ਆ, ਇਹਨਾਂ ਨੂੰ ਕਹਿੰਦੇ ਵੀ ਪੈਸੇ ਦਿਓ, ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ, ਕਹਿੰਦੇ ਵੀ ਤੂੰ ਮਾਮਾ ਲੱਗਣਾ, ਤੂੰ ਕਿਉਂ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ। ਫਿਰ ਇਹਨਾਂ ਵਿੱਚ ਬਹਿਸਬਾਜ਼ੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਉਹ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ। ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋਕ ਹਰੀਪੁਰ, ਬਾਬਾ ਸ਼ਾਹ ਸਿਕੰਦਰ ਜੀ ਉਹਦੇ ਸਾਹਮਣੇ, ਠੀਕ ਹੈ। ਸਾਡੇ ਕੋਲ 6 ਮਹੀਨੇ ਪਹਿਲਾਂ ਦੀ ਗੱਲ ਆ, ਮੇਰੇ ਭਰਾ ਕੋਲ 4000 ਤੇ 1 ਖੜਿਆ ਤੇ 100 ਰੁਪਇਆ 1 ਖੜਿਆ ਸੀਗਾ। ਹਾਂਜੀ ਜੀ ਆਏ ਆ, ਕੋਈ 3500 ਵਾਲਾ ਆਇਆ, ਕੋਈ 2000 ਵਾਲਾ ਆਇਆ। ਹਾਂਜੀ ਇਹਨੂੰ ਕਿਸੇ ਨੇ ਨੀ ਮਾਰਿਆ, ਸਿਰਫ ਇਹਨੂੰ ਮਾੜਾ ਜਿਹਾ ਹਿਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਵਾ, ਤੂੰ ਸਰਦਾਰ ਬੰਦਾ ਵਾ, ਹਨਾ, ਇਹ ਗੱਲ ਗਲਤ ਵਾ। ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ? ਅੰਮ੍ਰਿਤਸਰ ਦੱਸਦਾ ਪਿਆ ਵਾ, ਕੋਈ ਮਹੱਲਾ ਨੀ ਦੱਸਦਾ ਆਪਣਾ।
ਭਾਜੀ ਜਲਦਬਾਜ਼ੀ 'ਚ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀ ਕਿ ਅਸੀਂ ਆਵਾਂਗੇ, ਫੋਨ ਤੇ ਗੱਲ ਹੋਈ ਉਹਨਾਂ ਨਾਲ, ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਫੋਨ ਸਵਿਚ ਆਫ ਕਰ ਲਿਓ ਉਹਨਾਂ ਨੂੰ। 4000 ਨਾ 4000 ਰੁਪਇਆ ਲੈ ਕੇ ਗਏ ਸੀ, ਕਦੋਂ ਦੀ ਗੱਲ ਹੈ? ਇਹ 6 ਮਹੀਨੇ ਦੀ ਗੱਲ ਆ ਜੀ। ਹੁਣ ਬੰਦੇ ਅੱਜ ਫੇਰ ਆ ਗਏ ਦੁਬਾਰਾ? ਹਾਂਜੀ, ਇਹਨਾਂ ਦੀ ਪਛਾਣ ਆ ਗਈ ਹੈ ਵੀ ਉਹ ਬੰਦੇ? ਹਾਂਜੀ ਹਾਂਜੀ ਆਹੀ ਹੈ। ਤੇ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ? ਮੇਰੇ ਸਾਹਮਣੇ ਭਾਜੀ ਇੱਕੋ ਬੰਦਾ ਆਇਆ ਜਿਹੜਾ ਫੜਿਆ, ਤੇ ਬਾਕੀ ਦੇ ਦੌੜ ਗਏ ਸਾਰੇ ਹੀ। ਗੱਡੀ ਵੀ ਦੱਸਦੇ ਸੀ ਉਹਨਾਂ ਕੋਲ? ਹਾਂਜੀ, ਕੁਆਲਸ ਕੁਆਲਸ ਗੱਡੀ ਸੀ। ਹਾਂਜੀ। ਹੋਰ ਭੱਜ ਗਏ ਉਹ? ਉਹ ਭੱਜ ਗਏ ਆ। ਤੇ ਹੁਣ ਕੋਈ ਥਾਣੇ ਇਤਲਾਹ ਕੀਤੀ ਆ ਪੁਲਿਸ ਆ ਰਹੀ? ਹਾਂਜੀ ਹਾਂਜੀ ਕੀਤੀ ਹੈ। ਆ ਰਹੀ ਹੈ ਪੁਲਿਸ? ਹਾਂਜੀ ਹਾਂਜੀ ਆ ਰਹੀ ਹੈ।